ਕਿ ਅਸੀਂ ਖੁਸ਼ਕਿਸਮਤ ਸਮਝਦੇ ਹਾਂ ਵੀ ਸ਼੍ਰੀ ਰਾਮ ਜੀ ਦਾ ਸਥਾਨ ਜਿਹੜਾ ਹੈਗਾ ਸਾਡੇ ਹਲਕੇ 'ਚ ਸਾਡੇ ਡੇਰਾ ਬਸੀਰੇ ਵਿੱਚ ਜਿਹੜਾ ਹੈਗਾ ਉਹ ਬਣਨ ਜਾ ਰਿਹਾ ਹੈ ਕਿੱਥੇ ਅਜੇ ਤੋਂ 50 ਸਾਲ ਪਹਿਲਾਂ ਸਾਡੇ ਇਲਾਕੇ ਦਾ ਨਹੀਂ ਨੇੜੇ ਤੋਂੜੋਂ ਦੂਰ ਦਰਾਡੇ ਉਹ ਜਿੰਨੇ ਲੋਕ ਇਸ ਗੱਲ ਤੇ ਹਰ ਵੇਲੇ ਇੱਥੇ ਮੇਲਾ ਪਰਦਾਸੀ ਸ਼੍ਰੀ ਰਾਮ ਤਲਾਈ ਜੀ ਦੇ ਉੱਤੇ ਸਿਰਫ਼ Hindu ਧਰਮ ਦੇ ਨਾਲ ਨਹੀਂ ਆਪਾਂ ਕਹਿ ਸਕਦੇ ਜੋ ਕਿ ਹਰ ਇੱਕ ਜਿਹੜੇ ਸਮਾਜ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਦੀ ਸੀ ਭਾਈਚਾਰਾ ਜਿਹਨੂੰ ਕਹਿ ਸਕਦੇ ਆ ਜਿਹੜਾ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਆਂ ਵੀ ਇਹ ਜਿਹੜਾ ਕਾਰਜ ਹੈ ਵੀ ਇਹ ਕਾਰਜ ਕਰਨ ਦਾ ਸਾਨੂੰ ਇਹ ਮੌਕਾ ਉਸ ਅਕਾਲ ਪੁਰਖ ਨੇ ਪ੍ਰਮਾਤਮਾ ਨੇ ਸ਼੍ਰੀ ਰਾਮ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਜਿਹੜਾ ਨਿਰਮਾਣ ਹੈ ਇਹ ਬਹੁਤ ਲੋਕਾਂ ਤੋਂ ਪਹਿਲਾਂ ਵੀ ਇਸ ਚੀਜ਼ ਦੇ ਉੱਤੇ ਸਿਆਸਤ ਕੀਤੀ ਗਈ ਬਹੁਤ ਲੋਕਾਂ ਨੇ ਪਿਛਲੇ ਬੜੇ ਲੰਬੇ ਸਮਾਂ ਦੇ ਵਿੱਚ ਇਸ ਚੀਜ਼ ਨੂੰ ਇੱਕ ਮੁੱਦਾ ਬਣਾ ਕੇ ਲੋਕਾਂ ਤੋਂ ਵੋਟਾਂ ਲਈਆਂ ਵੀ ਤੇ ਰਾਜ ਵੀ ਕੀਤਾ ਸਾਡੇ ਹਲਕੇ ਦੇ ਵਿਧਾਇਕ ਐਨਕੇ ਸ਼ਰਮਾ ਜੀ ਉਹਨਾਂ ਨੇ ਕਈ ਵਾਰ ਉੱਥੇ ਜਾ ਕੇ ਲੋਕਾਂ ਦੇ ਇਸ ਚੀਜ਼ ਦੀ ਆਸ ਲਗਾਈ ਉੱਥੇ ਜਾ ਕੇ ਦੀਵਾ ਜਲਾਉਂਦੇ ਰਹੇ ਵੀ ਅਸੀਂ ਇੱਥੇ ਸ਼੍ਰੀ ਰਾਮ ਤਲਾਈ ਦਾ ਨਿਰਮਾਣ ਕਰਨ ਜਾ ਰਹੇ ਹਾਂ ਪਰ ਉਹ ਚੀਜ਼ ਨਹੀਂ ਹੋਈ ਪਰਮਾਤਮਾ ਦੀ ਆਗਦੀ ਇੱਕ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਇੱਕ ਆਪਣੀ ਹੈ ਸਿਰਜਣਾ ਹੈ ਵੀ ਜਿੰਨਾ ਮਰਜ਼ੀ ਇਸ ਚੀਜ਼ ਦੇ ਵਿੱਚ ਕੋਈ ਪੈਸਾ ਲੱਗੇ ਕਿਤੇ ਹੋਰ ਕੋਈ ਰੋਕ ਨਹੀਂ ਇਸ ਚੀਜ਼ ਦੇ ਵਿੱਚ ਆਈ ਤੇ ਨਾ ਆਉਂਦੀ ਹੈ ਜਦੋਂ ਰੱਬ ਦਾ ਕੰਮ ਕਰਨਾ ਤੇ ਉਹ ਰੱਬ ਦੇ ਨਾਮ ਹੈ ਤੇ ਰੱਬ ਦੇ ਲਈ ਹੈ ਸਤਿ ਸ਼੍ਰੀ ਅਕਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਸਿੰਘ ਗਿੱਲ। ਸ਼ਾ ਡੇਰਾਬਸੀ ਵਿੱਚ ਰਾਮ ਤਲਾਈ ਦਾ ਨਿਰਮਾਣ ਹੋਣ ਜਾ ਰਿਹਾ ਹੈ। ਸੋ ਕਹਿ ਸਕਦੇ ਆਂ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਦੀਪਿੰਦਰ ਸਿੰਘ ਢਿੱਲੋਂ ਦੇ ਹੱਥੋਂ ਇਹ ਕਾਰਜ ਮੁਕੰਮਲ ਹੋਣ ਜਾ ਰਿਹਾ। ਸੋ ਇਸੇ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਦੀਪਿੰਦਰ ਢਿੱਲੋਂ ਜੀ ਦੇ ਸੁਪੁੱਤਰ ਉਦੇਵ ਸਿੰਘ ਢਿੱਲੋਂ ਮੌਜੂਦ ਨੇ। ਉਦੇਵ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਐਮਪੀ ਜੀ ਸਾਰੇ ਤੁਹਾਡੇ ਜਿਹੜੇ ਸਕਾਈ ਨਿਊਜ਼ ਦੇ ਦਰਸ਼ਕ ਨੇ ਉਨਨ ਉਸਾਰਿਆਂ ਨੂੰ ਬਹੁਤ-ਬਹੁਤ ਫਤਿਹ ਅਰਸ ਕਰਦੇ ਆ ਅਸ ਕਰਦੇ ਆ ਸਾਰੇ ਤੰਦਰੁਸਤ ਹੋਣਗੇ ਤੇ ਸਾਰੇ ਬਹੁਤ ਵਧੀਆ ਹੋਣਗੇ ਜੀ ਉਹਦੇ ਵੀਰ ਜੀ ਪੁਨਰ ਨਿਰਮਾਣ ਹੋਣ ਜਾ ਰਿਹਾ ਹੈ ਹਰਾਮਤਲਾਈ ਦਾ ਕਿਹਾ ਜਾ ਸਕਦਾ ਹੈ ਕਿ 50 ਸਾਲ ਬਾਅਦ ਉਸ ਧਰਤੀ ਨੂੰ ਭਾਗ ਲੱਗੇ ਨੇ ਤੇ ਦੀਪਿੰਦਰ ਢਿੱਲੋਂ ਜੀ ਦੇ ਹੱਥੋਂ ਇਹ ਕਾਰਜ ਮੁਕੰਮਲ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਂ ਸਮਝਦਾ ਹਾਂ ਵੀ ਤਕਰੀਬਨ 50 ਸਾਲ ਜਿਵੇਂ ਤੁਸੀਂ ਜ਼ਿਕਰ ਕਰਿਆ ਹੈ ਵੀ 50 ਸਾਲ ਦੇ ਨੇੜੇ ਹੋ ਗਏ ਇੱਕ ਬਹੁਤ ਹੀ ਇਤਿਹਾਸਿਕ ਮੈਂ ਸਮਝਦਾ ਹਾਂ ਵੀ ਇਤਿਹਾਸਿਕ ਚੀਜ਼ ਹੈ ਜਿੱਥੇ ਅਜੇ ਤੋਂ 50 ਸਾਲ ਪਹਿਲਾਂ ਸਾਡੇ ਇਲਾਕੇ ਦਾ ਨਹੀਂ ਨੇੜੇ ਤੋਂ ਦੂਰ ਦਰਾਡੇ ਉਹ ਜਿੰਨੇ ਲੋਕ ਇਸ ਗੱਲ ਤੇ ਹਰ ਵੇਲੇ ਇੱਥੇ ਮੇਲਾ ਪਰਦਾ ਸੀ ਸ਼੍ਰੀ ਰਾਮ ਤਲਾਈ ਜੀ ਦੇ ਉੱਤੇ ਤੇ ਉਹ 50 ਸਾਲ ਹੋ ਗਏ ਉਸ ਚੀਜ਼ ਨੂੰ ਅੱਜ ਵੀ ਲੋਕ ਸਿਰਫ ਸਾਡੇ ਡੇਰਾ ਬਸੀ ਹਲਕੇ ਦੀ ਨਹੀਂ ਬਾਹਰੋਂ ਵੀ ਲੋਕ ਉਸ ਚੀਜ਼ ਨੂੰ ਅਜੇ ਵੀ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਮਿਲਦੇ ਆਂ ਤੇ ਉਹ ਯਾਦ ਕਰਦੇ ਸੀਗੇ ਵੀ ਉਹ ਇੱਕ ਇਤਿਹਾਸਕ ਚੀਜ਼ ਸੀ ਜਿਹੜੀ ਸਿਰਫ ਹਿੰਦੂ ਧਰਮ ਦੇ ਨਾਲ ਨਹੀਂ ਆਪਾਂ ਕਹਿ ਸਕਦੇ ਜੋ ਕਿ ਹਰ ਇੱਕ ਜਿਹੜੇ ਸਮਾਜ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਦੀ ਸੀ ਇੱਕ ਭਾਈਚਾਰਾ ਜਿਹਨੂੰ ਕਹਿ ਸਕਦੇ ਆ ਜਿਹੜਾ ਬਹੁਤ ਸੋ ਮੈਂ ਸਮਝਦਾ ਵੀ ਅਸੀਂ ਆਪਣੇ ਆਪ ਨੂੰ ਅਸੀਂ ਆਪਣੇ ਇਲਾਕੇ ਨੂੰ ਬਹੁਤ ਇੱਕ ਖੁਸ਼ਕਿਸਮਤ ਸਮਝਦੇ ਆ ਵੀ ਇਸ ਸਮੇਂ ਦੇ ਵਿੱਚ 50 ਸਾਲਾਂ ਬਾਅਦ ਫੇਰ ਉਹ ਜਿਹੜੀ ਖੁਸ਼ੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਇਲਾਕੇ ਦੇ ਲੋਕਾਂ ਦੇ ਵਿੱਚ ਸਿਰਫ ਡੇਰਾ ਬਸੀਦੇ ਨਹੀਂ ਨੇੜੇ-ਤੇੜੇ ਸਾਰੇ ਜਿਹੜਾ ਸਾਡਾ ਇਲਾਕਾ ਉਹਦੇ ਵਿੱਚ ਲੋਕਾਂ ਦੇ ਵਿੱਚ ਇੱਕ ਬੜਾ ਉਤਸ਼ਾਹ ਹੈ ਇਸ ਚੀਜ਼ ਦਾ ਵੀ 50 ਸਾਲਾਂ ਬਾਅਦ ਉਹ ਜਿਹੜਾ ਇਤਿਹਾਸ ਉਹ ਦੁਬਾਰਾ ਜਿਹੜਾ ਹੈਗਾ ਉਹ ਚੀਜ਼ ਉਹਨਾਂ ਦੇ ਸਾਹਮਣੇ ਦੁਬਾਰਾ ਆਉਣ ਜਾ ਰਹੀ ਹੈ ਤੇ ਜਿੱਥੇ ਇਸ ਗੱਲ ਦਾ ਕਰਦੇ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਆਂ ਵੀ ਇਹ ਜਿਹੜਾ ਕਾਰਜ ਹੈ ਵੀ ਇਹ ਕਾਰਜ ਕਰਨ ਦਾ ਸਾਨੂੰ ਇਹ ਮੌਕਾ ਉਸ ਅਕਾਲ ਪੁਰਖ ਨੇ ਪਰਮਾਤਮਾ ਨੇ ਸ਼੍ਰੀ ਰਾਮ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਤੇ ਵੀ ਅਸੀਂ ਇੱਕ ਇਸ ਇਨੇ ਵੱਡੇ ਤੇ ਇਤਿਹਾਸਿਕ ਕਾਰਜ ਦੇ ਹਿੱਸੇਦਾਰ ਬਣ ਸਕੇ ਸੋ ਮੈਂ ਸਮਝਦਾ ਆਂ ਵੀ ਅਸੀਂ ਜਿੰਨਾ ਉਸ ਰੱਬ ਦਾ ਧੰਨਵਾਦ ਕਰੀਏ ਉਹਨਾਂ ਘੱਟ ਹੈ ਤੇ ਤੁਸੀਂ ਦੇਖੋ ਵੀ ਇਹ ਜਿਹੜਾ ਨਿਰਮਾਣ ਹੈ ਇਹ ਬਹੁਤ ਲੋਕਾਂ ਤੋਂ ਪਹਿਲਾਂ ਵੀ ਇਸ ਚੀਜ਼ ਦੇ ਉੱਤੇ ਸਿਆਸਤ ਕੀਤੀ ਗਈ ਬਹੁਤ ਲੋਕਾਂ ਨੇ ਪਿਛਲੇ ਬੜੇ ਲੰਬੇ ਸਮਾਂ ਦੇ ਵਿੱਚ ਇਸ ਚੀਜ਼ ਨੂੰ ਇੱਕ ਮੁੱਦਾ ਬਣਾ ਕੇ ਲੋਕਾਂ ਤੋਂ ਵੋਟਾਂ ਲਈਆਂ ਵੀ ਤੇ ਰਾਜ ਵੀ ਕੀਤਾ ਤੇ ਪਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਇਸ ਚੀਜ਼ ਤੇ ਕਿਉਂਕਿ ਜਦੋਂ ਆਪਾਂ ਇੱਕ ਆਸ ਜਗਾਉਂਦੇ ਆ ਉਹ ਜੇ ਆਸ ਪੂਰੀ ਨਹੀਂ ਹੁੰਦੀ ਉੱਥੇ ਮੈਂ ਨਾ ਲੈਣ ਚ ਗੁਰੇਜ਼ ਨਹੀਂ ਕਰੂੰਗਾ ਸਾਡੇ ਹਲਕੇ ਦੇ ਵਿਧਾਇਕ ਐਨ ਕੇ ਸ਼ਰਮਾ ਜੀ ਉਹਨਾਂ ਨੇ ਕਈ ਵਾਰ ਉੱਥੇ ਜਾ ਕੇ ਲੋਕਾਂ ਦੇ ਇਸ ਚੀਜ਼ ਦੀ ਆਸ ਦਗਾਈ ਉੱਥੇ ਜਾ ਕੇ ਦੀਵਾ ਜਲਾਉਂਦੇ ਰਹੇ ਵੀ ਅਸੀਂ ਇੱਥੇ ਸ਼੍ਰੀ ਰਾਮ ਤਲਾਈ ਦਾ ਨਿਰਮਾਣ ਕਰਨ ਜਾ ਰਹੇ ਹਾਂ ਪਰ ਉਹ ਚੀਜ਼ ਨਹੀਂ ਹੋਈ ਮੈਂ ਜਿਵੇਂ ਪਹਿਲਾਂ ਜ਼ਿਕਰ ਕਰਿਆ ਵੀ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਵੀ ਜਿੱਥੇ ਸਾਡਾ ਪਰਿਵਾਰ ਢਿਲੋਂ ਸਾਹਿਬ ਅਸੀਂ ਕਿਸੇ ਪਦਵੀ ਤੇ ਨਹੀਂ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਇਹ ਮੌਕਾ ਮਿਲਿਆ ਤੇ ਇਹ ਕੰਮ ਇਸ ਸਮੇਂ ਦੇ ਵਿੱਚ ਹੋਇਆ ਮੈਂ ਬੜਾ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸਾਡੇ ਇਲਾਕੇ ਨੂੰ ਮੈਂ ਬਹੁਤ ਖੁਸ਼ਕਿਸਮਤ ਸਮਝਦਾ ਬਈ ਇਹ ਚੀਜ਼ ਜਿਹੜੀ ਆ ਇਹ ਮੁਕੰਮਲ ਹੋਣ ਜਾ ਰਹੀ ਹੈ ਤੇ ਬੜੇ ਸੀਮਤ ਸਮੇਂ ਦੇ ਵਿੱਚ ਲੋਕਾਂ ਦੇ ਇਹ ਹਵਾਲੇ ਹੋਣੀ ਐ ਤੇ ਮੈਂ ਸਮਝਦਾ ਵੀ ਬੜਾ ਉਤਸ਼ਾਹ ਭਰਿਆ ਇਹ ਮਾਹੌਲ ਹੈ ਇਲਾਕੇ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਸੋ ਕਹਿ ਸਕਦੇ ਆ ਕਿ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਜੋ ਇਹ ਕਾਰਜ ਹੈ ਸੰਪੰਨ ਹੋਊਗਾ ਸੋ ਉਸ ਤੋਂ ਬਾਅਦ ਸ਼੍ਰੀ ਰਾਮ ਜੀ ਦੀ ਇੱਕ ਬਹੁਤ ਵਧੀਆ ਪ੍ਰਤੀਮਾ ਵੀ ਉੱਥੇ ਸਥਾਪਿਤ ਕੀਤੀ ਜਾਊਗੀ ਸੋ ਇਹ ਪ੍ਰਤੀਮਾ ਕਿੱਥੋਂ ਬਣਵਾਈ ਜਾ ਰਹੀ ਹੈ ਕਿੰਨੀ ਲਾਗਤ ਆ ਰਹੀ ਹੈ ਸਾਰਾ ਜੋ ਕਾਰਜ ਕਰਨ ਦੇ ਵਿੱਚ ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਜੀ ਦੇਖੋ ਜਿਹੜੀ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਸਥਾਪਨਾ ਹੋਣੀ ਹੈ ਉਹ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਵੀ ਉਹ तकरीबन 7.5-8 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਮੂਰਤੀ ਹੈਗੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਜੈਪੁਰ ਤੋਂ ਤਿਆਰ ਕਰਵਾਈ ਹੈ ਜਿਹੜੀ ਕੀ ਸਾਡੇ ਵਿਚਕਾਰ ਉਥੋਂ ਮੈਂ ਇਹ ਦੱਸਣਾ ਚਾਹੁੰਦਾ ਮੈਂ ਅੱਜ ਹੀ ਪਤਾ ਲਿਆ ਵੀ ਉਥੋਂ ਸਾਡੀ ਜਿਹੜੀ ਮੂਰਤੀ ਉਹ ਰਵਾਨਾ ਹੋ ਚੁੱਕੀ ਹੈ ਤੇ ਸਾਡੇ ਵਿਚਕਾਰ ਪਹੁੰਚਣੀ ਹੈ ਉਹਦੀ ਸਥਾਪਨਾ ਜਿਹੜੀ ਹੈ ਉੱਥੇ ਬੜੇ ਵਧੀਆ ਢੰਗ ਦੇ ਨਾਲ ਤੇ ਬੜੇ ਧੂਮ-ਤਾਮ ਦੇ ਨਾਲ ਕੀਤੀ ਜਾਣੀ ਹੈ ਕਿਉਂਕਿ ਅਸੀਂ ਖੁਸ਼ਕਿਸਮਤ ਸਮਝਦੇ ਹਾਂ ਵੀ ਸ਼੍ਰੀ ਰਾਮ ਜੀ ਦਾ ਸਥਾਨ ਜਿਹੜਾ ਹੈਗਾ ਸਾਡੇ ਹਲਕੇ 'ਚ ਸਾਡੇ ਡੇਰਾ ਬਸੀਲੇ ਵਿੱਚ ਜਿਹੜਾ ਹੈਗਾ ਉਹ ਬਣ ਜਾ ਰਿਹਾ ਹੈ ਤੇ ਇਹ ਬਹੁਤ ਵੱਡੀ ਲਾਗਤ ਦੇ ਨਾਲ ਜਿਹੜੀ ਉਹ ਮੁਕੰਮਲ ਕਰ ਰਹੇ ਹਾਂ ਅਸੀਂ ਪੂਰੀ ਜਿਹੜੀ ਸਾਡੀ ਪ੍ਰਕਿਰਿਆ ਤਕਰੀਬਨ ਅ ਮੈਂ ਜੇ ਤੁਹਾਨੂੰ ਦੱਸਾਂ ਤੇ 90 ਲੱਖ ਰੁਪਏ ਦੇ ਨੇੜੇ ਤੇੜੇ ਦੀ ਲਾਗਤ ਜਿਹੜੀ ਆ तकरीबन ਉਹਦੇ ਤੇ ਜਿਹੜੀ ਪੂਰੀ ਹੋਣੀ ਆ ਕਿਉਂਕਿ ਬੜੀਆਂ ਚੀਜ਼ਾਂ ਆ ਉਹਦੇ ਵਿੱਚ ਅਸੀਂ ਇੱਕ ਬੜੇ ਵਧੀਆ ਢੰਗ ਦੇ ਨਾਲ ਸਾਡੀ ਇੱਕ ਮੰਨ ਦੀ ਸਾਰਿਆਂ ਦੀ ਇੱਛਾ ਸੀਗੀ ਬਈ ਸਾਡੀ ਜਿੰਨੀ ਸਮੁੱਚੀ ਟੀਮ ਹੈ ਸਾਰਿਆਂ ਦੀ ਇੱਛਾ ਸੀ ਵੀ ਬਹੁਤ ਵਧੀਆ ਢੰਗ ਦੇ ਨਾਲ ਇਹ ਉਸਰ ਨਿਰਮਾਨ ਨੂੰ ਕੀਤਾ ਜਾਵੇ ਸੋ ਅਸੀਂ ਉਹਦੇ ਵਿੱਚ ਬੜੇ ਵਧੀਆ ਬਲਾਕਾਂ ਦੇ ਨਾਲ ਜਿਹਦੇ ਵਿੱਚ ਬਹੁਤ ਲੰਮੀ ਜਿਹੜੀ ਹੈ ਇੱਕ ਸੋਚ ਦੇ ਨਾਲ ਉਹ ਜਿਹੜੀ ਚੀਜ਼ ਹੈ ਉਹਨੂੰ ਕੀਤਾ ਜਾ ਰਿਹਾ ਹੈ ਸੋ ਇਹ ਮੈਂ ਸਮਝਦਾ ਹਾਂ ਵੀ ਇਹਦੇ ਵਿੱਚ ਪੈਸੇ ਦੀ ਜਾਂ ਕਿਸੇ ਚੀਜ਼ ਦੀ ਨਹੀਂ ਇਹ ਤਾਂ ਉਸ ਪਰਮਾਤਮਾ ਦੀ ਆਪਦੀ ਇੱਕ ਮੈਂ ਸਮਝਦਾ ਹਾਂ ਵੀ ਉਹਨਾਂ ਦੀ ਇੱਕ ਆਪਣੀ ਇਹ ਸਿਰਜਣਾ ਹੈ ਵੀ ਜਿੰਨਾ ਮਰਜੀ ਇਸ ਚੀਜ਼ ਦੇ ਵਿੱਚ ਕੋਈ ਪੈਸਾ ਲੱਗੇ ਕਿਤੇ ਹੋਰ ਕੋਈ ਰੋਕ ਨਹੀਂ ਇਸ ਚੀਜ਼ ਦੇ ਵਿੱਚ ਆਈ ਤੇ ਨਾ ਆਉਂਦੀ ਹੈ ਜਦੋਂ ਰੱਬ ਦਾ ਕੰਮ ਕਰਨਾ ਤੇ ਉਹ ਰੱਬ ਦੇ ਨਾਮ ਹੈ ਤੇ ਰੱਬ ਦੀ ਲਿਖੇ ਹੈ ਜੀ ਸੋ ਕਹਿ ਸਕਦੇ ਹਾਂ ਕਿ 17 ਸਤੰਬਰ 2021 ਨੂੰ ਇੱਕ ਵੱਡਾ ਮੇਲਾ ਵੀ ਲੱਗਣ ਜਾ ਰਿਹਾ ਹੈ ਤੇ ਮਹਾਰਾਣੀ ਪਰਨੀਤ ਕੌਰ ਜੋ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਨਵਰ ਗਰੇਵਾਲ ਦਾ ਜੋ ਹੈ ਸੂਫੀ ਗਾਇਕੀ ਦੇ ਥਰੂ ਲੋਕਾਂ ਨੂੰ ਸੰਬੋਧਨ ਕਰਨਗੇ ਸੋ ਇਸ ਲਈ ਤੁਸੀਂ ਇਲਾਕੇ ਦੇ ਨਿਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਮੈਂ ਤੁਸੀਂ ਜ਼ਿਕਰ ਕਰਿਆ ਸਾਡੇ ਮਾਨਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਸਾਡੇ ਮੈਂਬਰ ਪਾਰਲੀਮੈਂਟ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਰਮ ਪਤਨੀ ਨੇ ਤੇ ਹਮੇਸ਼ਾ ਉਹਨਾਂ ਦਾ ਬੜਾ ਸਾਨੂੰ ਪਿਆਰ ਸਾਡਾ ਸਾਥ ਹਮੇਸ਼ਾ ਉਹਨਾਂ ਨੇ ਬਹੁਤ ਵਧੀਆ ਟੰਗ ਦੇਣਾ ਇਲਾਕੇ ਦੇ ਹਰ ਇੱਕ ਕੰਮ ਦੇ ਵਿੱਚ ਦਿੰਦੇ ਆ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜੇ ਤੇ ਇਸ ਚੀਜ਼ ਦੇ ਵਿੱਚ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਕਲੀਅਰੈਂਸਸ ਲੈਣੀਆਂ ਪਰਮਿਸ਼ਨਾਂ ਸਰਕਾਰ ਤੋਂ ਲੈਣੀਆਂ ਵੱਖ-ਵੱਖ ਮੈਕਮਿਆਂ ਤੋਂ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੇ ਬਹੁਤ ਸਾਥ ਦਿੱਤਾ ਸੋ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਉਹਦੋਂ ਉਹਨਾਂ ਨੇ ਉੱਥੇ ਆਉਣਾ ਕਿਉਂਕਿ ਤੇ ਉਹਨਾਂ ਦੀ ਇੱਕ ਇਹ ਮਨ ਦੀ ਇੱਛਾ ਸੀ ਵੀ ਜਦੋਂ ਇਹ ਨਿਰਮਾਣ ਕੰਪਲੀਟ ਹੋਵੇ ਤੇ ਵੀ ਮੈਂ ਉੱਥੇ ਅਸ਼ੀਰਵਾਦ ਲੈਣ ਦੇ ਲਈ ਉਸ ਮੌਕ ਸਮੇਂ ਤੇ ਜਰੂਰ ਉੱਥੇ ਪਹੁੰਚਾਂ ਸੋ ਉਹਨਾਂ ਦੀ ਇੱਕ ਇਹ ਬੜੀ ਮੰਦੀ ਇੱਛਾ ਸੀ ਤੇ ਪੂਰੇ ਇਲਾਕੇ ਦੀ ਵੀ ਸੀ ਸੋ ਉਹ 17 ਤਰੀਕ ਨੂੰ ਸਾਡੇ ਵਿਚਕਾਰ ਉਹਨਾਂ ਨੇ ਉੱਥੇ ਸਵੇਰੇ ਪਹੁੰਚਣਾ ਜਦੋਂ ਹਵਨ ਹੋਣਾ ਉਦੋਂ ਸਾਡੇ ਵਿਚਕਾਰ ਉੱਥੇ ਆਉਣਗੇ ਤੇ ਮੈਂ ਇਹ ਹੀ ਬੇਨਤੀ ਕਰੂੰਗਾ ਸਾਡਾ ਸਮੁੱਚਾ ਸਿਰਫ ਡੇਰਾ ਬਸੇ ਇਲਾਕਾ ਨੇ ਨੇੜੇ ਤੇੜੇ ਜਿੱਥੇ-ਜਿੱਥੇ ਸਾਡੇ ਲੋਕਾਂ ਦੀ ਸ਼ਰਧਾ ਹੈ ਕਿਉਂਕਿ ਇਹ ਇੱਕ ਸਮਾਜਿਕ ਤੌਰ ਤੇ ਤੇ ਹਰ ਇੱਕ ਢੰਗ ਦੇ ਵਿੱਚ ਇੱਕ ਭਾਈਚਾਰਾ ਵਧਾਉਣਾ ਤੇ ਭਾਈ ਚਾਰਾ ਬਰਕਰਾਰ ਰੱਖਣਾ ਇੱਕ ਬਹੁਤ ਵੱਡੀ ਗੱਲ ਹੈ ਤੇ ਇਸ ਕਾਰਜ ਦੇ ਵਿੱਚ ਹਰ ਇੱਕ ਸਾਡਾ ਜਿਹੜਾ ਭਾਈ ਹੈ ਉਹ ਸਾਡੇ ਨਾਲ ਹੈ ਉਸ ਦਿਨ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਉੱਥੇ ਪਹੁੰਚਣ ਤੇ ਜਿੱਥੇ ਇਹ ਇਤਿਹਾਸਿਕ ਜਿਹੜਾ ਉਸ ਦਿਨ ਹੋਣਾ ਹੈ ਉਹ ਇਤਿਹਾਸਿਕ ਸਮੇਂ ਦਾ ਜਿਹੜਾ ਹੈਗਾ ਭਾਗ ਬਣਨ ਤੇ ਮੈਂ ਸਾਰਿਆਂ ਨੂੰ ਇਹ ਸੱਦਾ ਜਰੂਰ ਦਊਂਗਾ ਵੀ 17 ਤਰੀਕ ਨੂੰ ਉੱਥੇ ਆਓ ਆਈਏ ਜਾ ਕੇ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲਈਏ ਤੇ ਉਹਦੇ ਤੋਂ ਬਾਅਦ ਜਿਹੜਾ ਮੇਲਾ ਲੋਕਾਂ ਨੇ ਆਪ ਉੱਥੇ ਭਰਨਾ ਉਹ ਜਿਹੜਾ ਮੇਲਾ ਹੈਗਾ ਉਹਦਾ ਵੀ ਉੱਤੇ ਆਨੰਦ ਲਈਏ ਤਾਂ ਕਿ ਜਿਹੜਾ ਸਾਡਾ ਇਲਾਕਾ ਇਹਨੇ 50 ਸਾਲਾਂ ਬਾਅਦ ਇਤਿਹਾਸ ਰਚਣ ਜਾ ਰਿਹਾ ਉਹ ਇੱਕ ਬਹੁਤ ਵਧੀਆ ਟੰਗ ਦੇ ਨਾਲ ਹੋਵੇ ਸੋ ਇਹ ਸਾਨੂੰ ਸਾਡੇ ਨਾਲ ਉਹਦੇ ਵਿੱਚ ਢਿੱਲੋਂ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਦੀਪਿੰਦਰ ਢਿੱਲੋਂ ਜੀ ਦੇ ਨਾਲ-ਨਾਲ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਇਹ ਸੁਪਨਾ ਸੀ ਕਿ ਰਾਮ ਤਲਾਈ ਦੀ ਨਿਰਮਾਣ ਜੋ ਕੀਤਾ ਜਾਵੇ ਤਾਂ ਜੋ ਇੱਕ ਨਵਾਂ ਜੋ ਇਤਿਹਾਸ ਲਿਖਿਆ ਜਾ ਸਕੇ ਸੋ ਕਹਿ ਸਕਦੇ ਨੇ ਕਿ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ ਕਿਉਂਕਿ ਕਰੀਬ 50 ਸਾਲ ਬਾਅਦ ਉਸ ਧਰਤੀ ਨੂੰ ਭਾਗ ਲੱਗਣ ਜਾ ਰਹੇ ਨੇ ਸੋ ਇਹਨਾਂ ਨੇ ਲੋਕਾਂ ਨੂੰ ਦਰਸ਼ਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸਾਰੇ ਇਲਾਕਾ ਨਿਵਾਸੀ 17 ਸਤੰਬਰ ਨੂੰ ਉੱਥੇ ਪਹੁੰਚਣ ਤੇ ਉਸ ਮੇਲੇ ਦਾ ਜੋ ਹਿੱਸਾ ਬਣਨ ਸੋ ਇਸੇ ਤਰ੍ਹਾਂ ਦੀਆਂ ਲਗਾਤਾਰ ਅਪਡੇਟਸ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਕੈਮਰਾਮੈਨ ਪੀਚ ਦੇ ਨਾਲ ਮਨਪ੍ਰੀਤ ਸਿੰਘ ਗਿਲ ਸਕਾਈ ਨਿਊਜ਼ ਪੰਜਾਬ ਚੰਡੀਗੜ੍ਹ